ਦੱਸਿਆ ਜਾ ਰਿਹਾ ਕਹਿੰਦਾ ਫੀਮ ਦੀ ਮੰਗ ਉੱਠ ਗਈ ਅੱਜ ਕਿ ਪੰਜਾਬ ਦੇ ਵਿੱਚ ਹੁਣ ਚਾਹੀਦੀ ਐ ਐਮਐਲ ਦਾਰੂ ਦੇ ਠੇਕੇ ਇਹਕੇ ਵੀ ਚਾਹੀਦੇ ਐ ਜਾ ਕੇ ਕਿਸੇ ਨੂੰ ਬੁੱਲਾ ਪੈਂਦਾ ਫੇਰ ਅੰਮਲਿਆਵਨ ਭਰਦੇ ਹੂੰ ਸਰਕਾਰ ਖਾਦੀ ਨਸ਼ਾ ਕਰ ਲੁੰਦਾ ਨਾ ਜੇ ਤਾਂ ਉਹ ਆਪਣਾ ਪਸੂ ਨਾਉਣ ਲੱਗਿਆ ਤਾਂ ਉਹ ਕਹਿੰਦਾ ਵੀ ਛਾਬਣ ਵੀ لازਮਾ ਥੋੜੀ ਚਾਹ ਤੂੰ ਨਹੀਂ ਹੁੰਦਾ ਫੇਰ ਤਾਂ ਆਪਣੇ ਬੱਚੇ ਹੀ ਬਰੇ ਧੱਕਦੇ ਆਂ ਬੋਲਦੇ ਉਹਨਾਂ ਨੂੰ ਵੀ ਕਹੀ ਜਾ ਵੀ ਛੈਡ ਹੋ ਜੋ ਨਹੀਂ ਥੱਪੜ ਪਊਗਾ ਦਾਰੂ ਆਮ ਜਿਹੜੀ ਪੀ ਕੇ ਲੜਾਈ ਕਰਦੇ ਇਹਨੂੰ ਪੀ ਕੇ ਅਗਲਾ ਕੰਮ ਤਾਂ ਕਰਦਾ ਖਾ ਕੇ ਕਿਉਂ ਹੁੰਦਾ ਇਹ ਖਾਣ ਤੋਂ ਤੁਸੀਂ ਕਹਿੰਦੇ ਨੇ ਕਿ ਹਾਂ ਬਹੁਤ ਫਰਕ ਹੈ ਹੋਰ ਨਸ਼ਿਆਂ ਨਾਲ ਕਿਹਾ ਪਰ ਇਹ 3 ਸਾਲ ਦੀ ਉਮਰ ਹੋ ਗਈ ਜੀ ਅੱਛਾ ਮੈਂ ਚੰਗਾ ਭਲਾ ਤੁਰਦਾ ਫਿਰਦਾ ਅੱਛਾ दारू ਪੀਣੇ ਆ ਜਾਂਦੇ ਮੁੜ ਕਲੰਗਾ ਕੀ ਮਹਿਸੂਸ کیا ਹੁੰਦਾ ਹੈ ਮਹਿਸੂਸ ਤਾਂ ਇਹ ਫਿਰਦਾ ਸਾਰਾ ਪਿੰਡ ਲੱਗਦਾ ਵੀ ਆਪਣਾ ਹੀ ਹੈ ਜੇ ਨਾ ਖਾਈ ਵੀ ਹੁੰਦੀ ਸਾਰਾ ਹੀ ਪਿੰਡ ਕਰਦਾ ਜੀ ਨਾ ਉਮਰ ਵੀ ਵੱਧਦੀ ਹੈ ਬਾਕੀ ਬੰਦਾ ਕੈਮੀਕਲ ਨਸ਼ੇ ਕਰਦਾ ਜਿਹੜਾ ਉਹ ਨਿਰਮਰਤ ਹੋ ਜਾਂਦਾ ਜਿੰਨਾਂ ਦੀ ਆਪਾਂ ਇਹ ਨਸ਼ਾ ਕਰਕੇ ਬੰਦਾ ਨmard ਨਹੀਂ ਹੁੰਦਾ ਉਹ ਕੀ ਨਾਲ ਬਿਲਕੁਲ ਨਹੀਂ ਹੀਮ ਭੁਖੀਦਾ ਜਿਹੜਾ ਬੰਦਾ ਹਫੀਮ ਦਾ ਸੇਵਨ ਕਰਦਾ ਇੱਕੋ ਸਦਾ ਖੁਸ਼ ਰਹਿੰਦਾ ਕਿਸੇ ਨਾਲ ਲੜਦਾ ਨਹੀਂ ਝਗੜਦਾ ਨਹੀਂ ਮੈਨੂੰ 50 ਸਾਲ ਤੇ ਸੇਵਨ ਕਰ ਰਿਹਾ ਹਾਂ ਅੱਜ ਤੱਕ ਮੇਰੀ ਕੋਈ ਛਤਕਮੰਜਾ ਵੀ ਨਹੀਂ ਹੈਗੀ ਥਾਣੇ 'ਚ ਅੱਛਾ ਪੰਜਾਬ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਲੋਕਾਂ ਵੱਲੋਂ ਖਸ ਖਸ ਦੀ ਖੇਤੀ ਹਫੀਮ ਦੀ ਖੇਤੀ ਦੀ ਮੰਗ ਉੱਠੀ ਸੀ ਪਰ ਸਮੇਂ ਦੀ ਸਰਕਾਰਾਂ ਨੇ ਇਸ ਗੱਲ ਨੂੰ ਅੰਗੋਲਿਆ ਕੀਤਾ ਜਿਸ ਨੂੰ ਲੈ ਕੇ ਲੋਕ ਹਮੇਸ਼ਾ ਇਹ ਕਹਿੰਦੇ ਰਹਿੰਦੇ ਨੇ ਕਿ ਅਗਰ ਅਫੀਮ ਦੀ ਜਾਂ ਖਸਖਸ ਦੀ ਖੇਤੀ ਹੁੰਦੀ ਹੈ ਤਾਂ ਕਿਸਾਨ ਤਰੱਕੀ ਕਰੇਗਾ ਖੁਸ਼ਹਾਲ ਹੋਏਗਾ ਤੇ ਕਈ ਲੋਕ ਪੰਜਾਬ ਦੇ ਪੁੱਕੀ ਅਫੀਮ ਦਾ ਸੇਵਨ ਵੀ ਕਰਦੇ ਨੇ ਕੰਮਕਾਰ ਖਾ ਕੇ ਕਰਦੇ ਨੇ ਪਰ ਉਹਨਾਂ ਲੋਕਾਂ ਦੀ ਵੀ ਮੰਗ ਹੈ ਤੇ ਨਾਲ ਦੀ ਨਾਲ ਕਿਸਾਨਾਂ ਦੀ ਮੰਗ ਹੈ ਇਸੇ ਨੂੰ ਲੈ ਕੇ ਅੱਜ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਐਮ ਐਲ ਏ ਹਰਮਿੰਦਰ ਸਿੰਘ ਪਠਾਨ ਮਾਜਰਾ ਵੱਲੋਂ ਅਫੀਮ ਦੀ ਖੇਤੀ ਦੀ ਮੰਗ ਚੁੱਕੀ ਗਈ ਹੈ ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਹੁਣ ਸੱਥਾਂ ਦੇ ਵਿੱਚ ਗੱਲਾਂ ਹੋਣੇ ਸ਼ੁਰੂ ਹੋ ਗਈਆਂ ਨੇ ਕਿਦਣਾ ਕਿਤੇ ਆਮ ਆਦੀ ਪਾਰਟੀ ਸਰਕਾਰ ਅਗਰ ਅਫੀਮ ਦੀ ਖੇਤੀ ਦੀ ਇਜਾਜ਼ਤ ਦਿੰਦੀ ਹੈ ਤਾਂ ਪੰਜਾਬ ਦੇ ਕਿਸਾਨ ਖੁਸ਼ ਹੋਣਗੇ ਤਰੱਕੀ ਕਰਨਗੇ ਪਰ ਹੁਣ ਪਿੰਡਾਂ ਸੱਥਾਂ ਦੇ ਵਿੱਚ ਇਹ ਗੱਲ ਕਿੰਨੀ ਕੁ ਚਰਚਾ ਦੇ ਵਿਸ਼ਾ ਬਣੀ ਹੋਈ ਹੈ ਅਸੀਂ ਨਿਊ ਚੰਡੀਗੜ੍ਹ ਦੇ ਪਿੰਡ ਝਾੜਮੱਝ ਦੇ ਵਿੱਚ ਪਹੁੰਚੇ ਹੋਏ ਹਾਂ ਬਜ਼ੁਰਗ ਸਾਡੇ ਨਾਲ ਨੇ ਇੱਕ ਸੱਥ ਦੇ ਵਿੱਚ ਬੈਠੇ ਆ ਜਿੱਥੇ ਕੀ ਅੱਗ-ਲੱਗ ਵਿਚਾਰ ਨਾਲ ਤਾਂ ਲੈ ਜਾਣਗੇ ਕਦੋਂ ਅਫੀਮ ਦੀ ਖੇਤੀ ਸ਼ੁਰੂ ਹੁੰਦੀ ਹੈ ਅਜੇ ਸਰਕਾਰਾਂ ਦੇ ਉੱਤੇ ਨਿਰਪਰ ਕਰਦਾ ਪਰ ਲੋਕਾਂ ਦੇ ਵਿੱਚ ਕੀ ਗੱਲਾਂ ਨੇ ਲੋਕ ਇਸ ਬਾਰੇ ਕੀ ਕਹਿੰਦੇ ਨੇ ਤਾਂ ਸਾਡੇ ਨਾਲ ਇੱਕ ਜੁਰਗ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਬਾ ਜੀ ਜਿਹੜੀ ਮੰਗ ਕਾਫੀ ਲੰਬੇ ਸਮੇਂ ਤੋਂ ਪੰਜਾਬ ਕਰ ਰਿਹਾ ਹੈ ਕਿ ਬਾਕੀ ਸੂਬਿਆਂ ਦੇ ਵਿੱਚ ਅਫੀਮ ਖਸਖਸ ਦੀ ਖੇਤੀ ਹੋਰ ਹੀ ਹੈ ਕਿਸਾਨ ਉੱਥੇ ਦੇ ਖੁਸ਼ ਨੇ ਪਰ ਪੰਜਾਬ ਦੇ ਵਿੱਚ ਬੈਨ ਹੈ ਔਰ ਅੱਜ ਵਿਧਾਨ ਸਭਾ ਦੇ ਵਿੱਚ ਵੀ ਮੰਗ ਉੱਠ ਗਈ ਕਿ ਹਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਤੁਹਾਡੇ ਮੁਤਾਬਕ ਕੀ ਲੱਗਦਾ ਕਿ ਹੋਣੀ ਚਾਹੀਦੀ ਹੈ ਨਹੀਂ ਬਿਲਕੁਲ ਸਾਡੀ ਕਦੋਂ ਹੋਣੀ ਚਾਹੀਦੀ ਹੈ ਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਜਿਹੜਾ ਬੰਦਾ ਫੀਮ ਦਾ ਸੇਵਨ ਕਰਦਾ ਇੱਕੋ ਸਦਾ ਖੁਸ਼ ਰਹਿੰਦਾ ਕਿਸੇ ਨਾਲ ਲੜਦਾ ਨਹੀਂ ਝਗੜਦਾ ਨਹੀਂ ਬਾਕੀ ਇਹੀ ਗੱਲ ਹੈ ਵੀ ਇਹ ਨਸ਼ਾ ਸਾਨੂੰ ਮਹਿੰਗਾ ਬਹੁਤ ਮਿਲਦਾ ਨਹੀਂ ਤੁਸੀਂ ਨਸ਼ੇ ਨੂੰ ਪ੍ਰਮੋਟ ਕਰ ਰਹੇ ਹੋ ਲੋਕ ਤਾਂ ਕਹਿੰਦੇ ਨਸ਼ਾ ਇਹ ਬਹੁਤ ਤਕੜਾ ਨਹੀਂ ਕੋਈ ਨਸ਼ਾ ਨਹੀਂ ਹੈ ਮੈਂ ਇਹਨੂੰ 50 ਸਾਲ ਤੋਂ ਸੇਵਨ ਕਰ ਰਿਹਾ ਹਾਂ ਅੱਜ ਤੱਕ ਮੇਰੀ ਕੋਈ ਛਤਕਮੰਜਾ ਵੀ ਨਹੀਂ ਹੈਗੀ ਥਾਣੇ 'ਚ ਅੱਛਾ ਰਿਕਾਰਡ ਘਟਾ ਲਓ ਬਿਲਕੁਲ ਖੈਰ ਝਗੜਾ ਕੋਈ ਨਹੀਂ ਹੁੰਦਾ ਬਿਲਕੁਲ ਨਹੀਂ ਹੈ ਇਹ ਨਸ਼ਾ ਤੁਸੀਂ ਜਿਸ ਤਰੀਕੇ ਨਾਲ ਕਹਿ ਰਹੇ ਕਿ ਲਾਈ ਝਗੜਾ ਨਹੀਂ ਹੁੰਦਾ ਕੋਈ ਗਾੜੀ ਗਲੋਚ ਨਹੀਂ ਹੁੰਦਾ ਇਹ ਸ਼ਾਹੀ ਨਸ਼ਾ ਕਿਵੇਂ ਬਣ ਗਿਆ ਫਿਰ ਇਹ ਸਭ ਬਾਦਸ਼ਾਹੀ ਨਸ਼ਾ ਹੈ ਰਾਜੇ ਮਹਾਰਾਜੇ ਸੇਵਨ ਕਰਦੇ ਰਹੇ ਆ ਇਹਦਾ ਹੂੰ ਅਸੀਂ ਵੀ ਇਹਨੂੰ ਸੇਵਨ ਕਰਦੇ ਹਾਂ ਸਾਡੇ ਬਾਬੇ ਦਾਦੇ ਵੀ ਸੇਵਨ ਕਰਦੇ ਰਹੇ ਆ ਹੂੰ ਮੈਂ ਵੀ ਸੇਵਨ ਕਰਦਾ ਹਾਂ ਪੰਜਾਬ ਦੇ ਵਿੱਚ ਤਾਂ ਹੋਰ ਨਸ਼ੇ ਬਹੁਤ ਨੇ ਸ਼ਰਾਬ ਐ ਜਾਂ ਚਿੱਟੇ ਦੀ ਗੱਲ ਕਰੀਏ ਪੰਜਾਬ ਦਾ ਪਹਿਲੀ ਗਰਕ ਹੁੰਦਾ ਜਾ ਰਿਹਾ ਤੁਸੀਂ ਕਹਿ ਰਹੇ ਕਿ ਹਫੀਮ ਜਾਂ ਫਿਰ ਇਹ ਜਿਹੜੀ ਜ਼ਰੂਰੀ ਐ ਇਹ ਹੋਣੀ ਚਾਹੀਦੀ ਐ ਬਿਲਕੁਲ ਜ਼ਰੂਰੀ ਹੋਣੀ ਚਾਹੀਦੀ ਐ ਸ਼ਰਾਬ ਪੀ ਕੇ ਵੀ ਬੰਦਾ ਝਗੜੇ ਕਰਦਾ ਸਿਰ ਪਾੜਦਾ ਸਤਕ ਪੰਜਾਬ ਬਣ ਰਹੀ ਆ ਜਿਹੜਾ ਚੱਟਾ ਪੀਨੇ ਆ ਉਹ ਜੇਬਾਂ ਲੁੱਟਦੇ ਆ ਖਰਚਾ ਮਾਰਦੇ ਆ ਲੋਕਾਂ ਦੇ ਪੈਸਿਆਂ ਖਾਤਰ ਆਪਣਾ ਖਾ ਕੇ ਹੁਣ ਲੰਗ ਹੋ ਕੇ ਜੇ ਖਾਦਾ ਨਾਲ ਤੇਲ ਫੁੱਲ ਹੁਣ ਉਹ ਸੜਕਾਂ ਦੇ ਨਾਕੇ ਹੀ ਲਾ ਕੇ ਕਰ ਚਾ ਮਾਰ ਰਿਹਾ ਉਹ ਕਿਸਾਨ ਕਿਵੇਂ ਤਰੱਕੀ ਕਰ ਜੇਗਾ ਕਈ ਲੋਕ ਇਹ ਕਹਿ ਰਹੇ ਨੇ ਕਿ ਅਗਰ ਖੇਤੀ ਸ਼ੁਰੂ ਹੁੰਦੀ ਹੈ ਤਾਂ ਕਿਸਾਨ ਤਰੱਕੀ ਵੀ ਕਰੇਗਾ ਖੁਸ਼ਹਾਲ ਵੀ ਹੋਏਗਾ ਪੰਜਾਬ ਕੀ ਫਰਕ ਪਏਗਾ ਕਿਸਾਨ ਨੂੰ ਅਰ ਖੇਤੀ ਸ਼ੁਰੂ ਹੁੰਦੀ ਹੈ ਬਿਲਕੁਲ ਜੀ ਤਰੱਕੀ ਕਰੇਗਾ ਹੁਣ ਅਸੀਂ ਰਾਜਸਥਾਨ ਐਮਪੀ ਜਾਂਦੇ ਰਹੇ ਹਾਂ ਮੈਂ ਟਰੱਕ ਚਲਾਉਂਦਾ ਰਹਾਂ ਹਾਂ ਹਾਂਜੀ ਉੱਥੇ ਦੇ ਲੋਕ ਸਮਾਂ ਦੀ ਘੱਟ ਸੇਵਨ ਕਰਦੇ ਆ ਅੱਛਾ ਜੀ ਉਹ ਵੇਚਦੇ ਜਿਆਦਾ ਹੈ ਸਰਕਾਰੀ ਕੋਟਾ ਇਹਨਾਂ ਨੂੰ ਮਿਲਦਾ ਪਤਾ ਲੱਗਦਾ ਕਿ ਕਿੰਨੀ ਵੇਚੇ ਮੀਰ ਹੋਏਗਾ ਪੰਜਾਬ ਫਿਰ ਬਿਲਕੁਲ ਅਮੀਰ ਬਣੇਗਾ ਜੀ ਬਾਦਸ਼ਾਹ ਬਣ ਜਾਏਗਾ ਪਹਿਲੇ ਨੰਬਰ ਤੇ ਆ ਜਾਏਗਾ ਹਾਂ ਜੀ ਜਹਾਜ਼ ਦਾ ਵਾਸਤਾ ਪੰਜਾਬ ਬਣਾਉਣਾ ਤਾਂ ਫੇਮਲੀ ਖੇਤੀ ਸ਼ੁਰੂ ਹੋਣੀ ਚਾਹੀਦੀ ਹੈ ਖਾਏ ਤੋਂ ਬਾਅਦ ਕੀ ਮਹਿਸੂਸ ਹੁੰਦਾ ਹੈ ਕਈ ਜਿਹੜੇ ਲੋਕ ਖਾਂਦੇ ਨੇ ਕਹਿੰਦਾ ਕਿ ਬਹੁਤ ਹੋਰ ਤਰੀਕੇ ਦਾ ਨਸ਼ਾ ਬਾਕੀ ਨਸ਼ਿਆਂ ਨਾਲੋਂ ਜਦੋਂ ਬੰਦਾ ਨਸ਼ਾ ਕਰ ਰੋਂਦਾ ਨਾ ਜੇ ਤਾਂ ਉਹ ਆਪਣਾ ਪਸੂ ਨਾਉਣ ਲੱਗ ਗਿਆ ਤਾਂ ਉਹ ਕਹਿੰਦਾ ਵੀ ਸਾਬਣ ਵੀ ਲਾਦ ਮਸਲੀ ਦੇ ਹੁਣ ਗਿੱਟਿਆਂ ਨੂੰ ਅੱਛਾ ਹਾਂਜੀ ਜਦ ਨਹੀਂ ਹੁੰਦਾ ਫੇਰ ਤਾਂ ਆਪਣੇ ਬੱਚੇ ਹੀ ਬੁਰੇ ਲੱਗਦੇ ਆ ਬੋਲਦੇ ਉਹਨਾਂ ਵੀ ਕਹੀ ਜਾ ਵੀ ਛੈਡ ਹੋ ਜੋ ਅੱਛਾ ਨਹੀਂ ਥੱਪੜ ਪਊਗਾ ਹੂੰ ਤੰਗ ਸੀ ਬਹੁਤ ਹੈ ਖੇਤਾਂ ਦੇ ਵਿੱਚ ਵੀ ਕੰਮ ਵਧੀਆ ਕਰਦਾ ਬੰਦਾ ਹਾਂਜੀ ਹਾਂ ਖੇਤ ਚ ਮੈਂ ਕਹਿੰਦਾ ਜਿਹੜਾ 8 ਘੰਟੇ ਕਰਦਾ 12 ਘੰਟੇ ਨਾਲ ਥਾਲ ਅੱਛਾ ਚਾਹੀ ਮੇਰੇ ਵਰਗੇ ਬੁੜੇ ਨੂੰ ਬਿਠਾ ਦੇ ਹੁਣ ਵੀ ਗੱਬਰ ਦੇ ਬਰਾਬਰ ਹੂੰ ਅੱਛਾ ਰਿਸ਼ਤਿਆਂ ਨੂੰ ਲੈ ਕੇ ਵੀ ਕਈ ਲੋਕ ਕਹਿੰਦੇ ਨੇ ਕਿ ਜਿਹੜੇ ਸ਼ਰਾਬ ਪੀ ਕੇ ਰਿਸ਼ਤੇ ਖਰਾਬ ਹੁੰਦੇ ਨੇ ਲੜਾਈ ਝਗੜਾ ਹੁੰਦਾ ਪਰ ਇਹ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਅਫੀਮ ਜਾਂ ਭੁੱਕੀ ਖਾ ਕੇ ਰਿਸ਼ਤੇ ਵਧੀਆ ਰਹਿਣਗੇ ਇਹਦਾ ਕੀ ਫਰਕ ਰਹਿੰਦਾ ਹੈ ਇਹਦੇ ਬਾਰੇ ਦੱਸ ਦੋ ਮੈਨੂੰ ਤਾਂ ਕੋਈ ਫਰਕ ਨਹੀਂ ਪਿਆ ਵਿਆਹ ਹੋਇਆ ਹੈ ਦੋ ਬੱਚੇ ਨੇ ਇੱਕ ਨੂੰ ਅਟੈਕ ਹੋ ਗਿਆ ਤਾਂ ਮੁੰਡੇ ਨੂੰ ਗੁੱਡੀ ਜੀ ਹੁੰਦੀ ਹੈ ਮੇਤੇ ਕੋਈ ਘਰ ਦਾ ਤੰਗ ਨਹੀਂ ਅੱਛਾ ਬਿਲਕੁਲ ਖੁਸ਼ ਹੈ ਕਹਿੰਦੇ ਪਾਪੇ ਯਾਰ ਖਾ ਕਿੰਨੀ ਉਮਰ ਹੋ ਗਈ ਤੁਹਾਡੀ ਮੇਰੀ 60 ਸਾਲ ਉਮਰ ਹੈ ਤਾਰ ਸਾਲ ਨੂੰ ਹਾਂ ਜੀ ਕੋਈ ਦਿੱਕਤ ਪਰੇਸ਼ਾਨੀ ਕੋਈ ਬਿਮਾਰੀ ਕੋਈ ਦਿੱਕਤ ਨਹੀਂ ਕੋਈ ਬਿਮਾਰੀ ਨਹੀਂ ਗੋਡੇ ਮੇਰੇ ਓਕੇ ਆ ਸਰੀਰ ਓਕੇ ਆ ਸਾਰਾ ਕੰਮ ਕਰ ਕਰਦੇ ਬਿਲਕੁਲ ਕਰਦਾ ਹੁਣ ਵੀ ਜਿਸ ਤਰ੍ਹਾਂ ਮਰਜੀ ਆ ਜਾ ਕੋਈ ਗਬਰੂ ਆ ਜਾਵੇ ਮੇਰੇ ਬਰਾਬਰ ਖਾਲ ਕੁਰਤੇ ਹੀ ਦਿਖਾ ਦਵੇ ਅੱਛਾ ਇੱਕ ਕੀਲੇ ਪਰ ਥਾਂ ਨਹੀਂ ਲਾਉਂਗਾ ਮੈਂ ਕਹੀਂ ਨਹੀਂ ਰੱਖੂੰਗਾ ਹੁਣ ਵੀ ਹਾਂ ਜੀ ਹੁਣ ਵੀ ਸਵੇਰੇ ਖਾ ਕੇ ਨਾ ਦੁੱਧ ਨਾਲ ਕਾਟ ਕੇ ਦੁੱਧ ਖਾ ਕੇ ਗੋਲੀ ਏਕੇ ਤੇ ਕਹੀਂ ਫੜ ਲਿਆ ਛੱਡਣੀ ਕੋਈ ਨਹੀਂ ਸੁਆਦ ਆਉਂਦਾ ਹਾਂ ਹਾਂ ਕਹੀਂ ਫੜ ਕੇ ਹਾਂ ਜੀ ਹਾਂ ਸਹੀ ਖੁਲਦਾ ਹੈ ਗਰਮੀ ਆਉਂਦੀ ਹੈ ਨਸ਼ਾ ਖਿੜਦਾ ਹੈ ਹੂੰ ਸਵਾਦ ਆਉਂਦਾ ਹੈ ਕਹੀ ਫੜ ਕੇ ਇਹ ਖਿੜਦਾ ਕਿਵੇਂ ਆ ਫਿਰ ਇਹ ਵੀ ਦੱਸ ਦੋ ਲੋ ਤਾਂ ਫਿਰ ਅਹੀਂ ਹੈ ਨਾ ਜਿਉਂ-ਜਿਉਂ ਗਰਮੀ ਆਉਣੀ ਸਹੀ ਖੜੀ ਜਾਣਾ ਹੈ ਅੱਛਾ ਬਸ ਫਿਰ ਹੱਡਾਂ 'ਚ ਰਚੀ ਜਾਣੀ ਹੈ ਬਾਗੀਆਂ ਪਾਈ ਜਾਣੀਆਂ ਜੱਟ ਨੇ ਫਿਰ ਇਹਨੂੰ ਕੋਈ ਬਿਮਾਰੀ ਨਹੀਂ ਲੱਗਦੀ ਨਾ ਜੀ ਨਾ ਬਿਮਾਰੀ ਮੂਰੀ ਮੈਂ ਤਾਂ ਕੋਈ ਹੈ ਨਹੀਂ ਹੂੰ ਠੀਕ ਹੈ ਬਿਲਕੁਲ ਹੋਰ ਵੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਇਹ ਜਿਹੜੀ ਬੈਜੋ 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 ਨਾ ਨਾ ਕੋਈ ਨਹੀਂ ਕੋਈ ਨਹੀਂ ਨਾ ਨਾ ਕੋਈ ਨਹੀਂ ਮੈਦਦ ਹੋ ਜਾ ਖਸਕਾ ਦੀ ਖੇਤੀ ਦੀ ਮੰਗੂਠੀ ਆ ਫੇਮ ਦੀ ਖੇਤੀ ਦੀ ਮੰਗੂਠੀ ਆ ਹੁਣ ਪਰ ਤੁਸੀਂ ਕੀ ਚਾਹੁੰਦੇ ਹੋ ਪਿੰਡਾਂ ਦੇ ਲੋਕਾਂ ਦੇ ਵਿੱਚ ਕੀ ਗੱਲਾਂ ਚੱਲਦੀਆਂ ਸੱਥਾਂ ਦੇ ਵਿੱਚ ਅੱਜ ਗੱਲਾਂ ਗੁੱਲਾਂ ਹੋਈਆਂ ਇਸ ਤਰ੍ਹਾਂ ਠੀਕ ਐ ਹੋਰ ਨਸ਼ਾ ਨਾਲ ਤੇ ਠੀਕ ਐ ਹੂੰ ਦਾਰੂਆਂ ਨਾਲ ਤੇ ਵੀ ਇਹ ਨਾਣੇ ਦਾਰੂਆਂ ਪੀਂਦੇ ਹੋਰ ਚਿੱਟੇ ਖਾਂਦੇ ਹੂੰ ਉਹਨਾਂ ਨਾਲ ਤੇ ਠੀਕ ਐ ਬਜ਼ੁਰਗਾਂ ਦੀ ਗੱਲ ਵੀ ਸੱਚੀ ਐ ਲੱਗਦਾ ਕਿ ਨੌਜਵਾਨਾਂ ਦੀ ਮੌਤਾਂ ਹੀ ਬਚਣਗੀਆਂ ਫਿਰ ਹਾਂ ਬਹੁਤ ਬਜੂਗੇ ਹੋਰ ਨਸ਼ਾ ਨਾਲ ਤੇ ਬਚੂਗੇ ਹੋਰ ਨਸ਼ਾ ਸਭ ਤੇ ਭੈੜਾ ਐ ਬਿਲਕੁਲ ਤੇ ਬਾਈ ਜੀ ਸਾਡੇ ਨਾਲ ਨਹੀਂ ਅੱਛਾ ਰਿਸ਼ਤਿਆਂ ਬਾਰੇ ਗੱਲ ਕੀਤੀ ਆਪਾਂ ਨੇ ਕਹਿੰਦਾ ਕਿ ਸ਼ਰਮ ਲਿਹਾਜ਼ ਬਹੁਤ ਹੋ ਜਾਂਦੀ ਹੈ ਕਿ ਇਹ ਫੀਮ ਭੁੱਕੀ ਖਾ ਕੇ ਕਈ ਲੋਕੇ ਵੀ ਕਹਿੰਦੇ ਨੇ ਕਿ ਭੈਣ ਨੂੰ ਭੈਣ ਘਰ ਵਾਲੀ ਨੂੰ ਘਰ ਵਾਲੀ ਮਾਂ ਨੂੰ ਮਾਂ ਸਮਝ ਕੇ ਬੰਦਾ ਰੱਖਦਾ ਹੈ ਕਿ ਨਹੀਂ ਤਾਂ ਹੋਰ ਨਸ਼ਿਆਂ ਨਾਲ ਆਪਣੇ ਰਿਸ਼ਤਿਆਂ ਦੀ ਬੇਗਦਰੀ ਹੋ ਜਾਂਦੀ ਹੈ ਤਾਂ ਇਹ ਪਤਾ ਕਿਹਾ ਜੀ ਇਹ ਪੁਰਾਣੇ ਬਜ਼ੁਰਗਾਂ ਦੇ ਚੱਲਦਾ ਆ ਮਸਲਾ ਬਹੁਤ ਪੁਰਾਣਾ ਮਸਲਾ ਜੀ ਇਹ ਤਾਂ ਹੁਣ ਬਾਦਮਾਨ ਸਰਕਾਰਾਂ ਨੂੰ ਆਪਣੇ ਆਪਣੇ ਨੇ ਬੈਨ ਕਰਤਾ ਇਹ ਚੀਜ਼ ਪਰ ਇਦਵ ਕਰਿਆ ਬਣੂ ਮਿਲਦੀ ਨਹੀਂ ਹੈਗੀ ਰਿਸ਼ਤੇ ਨਾਤੇ ਤਾਂ ਬਹੁਤ ਵਧੀਆ ਚੱਲਦੇ ਆ ਇਹਦੇ ਫੀਮ ਭੁੱਕੀ ਨਾਲ ਹੁਣ ਚਿੱਟੇ ਆਲਾ ਤਾਂ ਤੁਸੀਂ ਦੇਖ ਲਓ ਰਾਹ ਤੇ ਅੰਮ ਜਾਂਦੇ ਜਾਂਦੇ ਮੰਨ ਲਓ ਮੇਰੀ ਜੇ ਮੈਂ 10 ਰੁਪਏ ਆ ਮੁਰਕਾ ਨਹੀਂ ਬੰਦਾ ਸਕਦਾ ਤੇਰੇ ਖੋਰੇ ਕਿਰਚਾਂ ਬੱਜੂਗੇ ਔਰ ਦੂਸਰਾ ਤੁਹਾਡਾ ਇਹ ਅਫੀ ਭੁੱਕੀ ਦਾ ਤਾਂ ਸ਼ਾਹੀ ਨਸ਼ਾ ਜੀ ਹੁਣ ਤਾਂ ਆਪ ਪੁਰਾਣੇ ਪੇਜ ਉੱਤੇ ਕਰਦੇ ਰਹੇ ਹੁਣ ਤੱਕ ਕਰਦੇ ਆ ਤਾਂ ਇਹਦਾ ਪਤਾ ਲੱਗਦਾ ਖਾਦੇ ਪੇਦਾ ਬੰਦਾ ਕੰਮ ਕਰਦਾ ਏ ਠੀਕ ਹੈ ਬਾਕੀ ਆ ਦੂਆ ਤਾਂ ਨਸ਼ਾ ਥੋੜਾ ਸੰਭਲਾ ਬਾਹਰ ਨਸ਼ਾ ਕਿਤੇ ਗਿਰਦਾ ਵੀ ਨਹੀਂ ਦੇਖਿਆ ਹੁਣ ਕਿਤੇ ਨਾਲੇ ਨੌਲੀ ਚ ਵੀ ਕੋਈ ਬੰਦਾ ਫਿਲਮ ਮੈਂ ਕਹਿੰਦਾ ਜੀ ਵੀ ਕੋਈ ਨਾਲੀ ਮੈਂ ਨਹੀਂ ਗਿਰਦਾ ਸਣਾ ਦਰਖਤ 'ਤੇ ਚੜਦੇ ਬਰੋਟੇ 'ਤੇ ਵੀ ਹਾਂ ਠੀਕ ਹੈ ਨਾ ਥੋੜਾ ਸਾ ਮੈਂ ਉਹ ਵੀ ਕਹਿੰਦਾ ਵੀ ਖਾਦਿਆ ਬਹੁੰਦਾ ਕਹਿੰਦਾ ਰੇੜੇ ਮੈਂ ਆਪ ਜੁੜ ਜਾ ਮੈਂ ਅੱਛਾ ਠੀਕ ਹੈ ਨਾ ਲੱਗਦਾ ਕਿ ਬੜੀ ਜਗ੍ਹਾ ਮੈਂ ਆਪ ਜੁੜ ਜਾ ਹਾਂ ਐਸੇ ਹੀ ਕਰਦਾ ਜੀ ਬਾਕੀ ਦੇਖੋ ਜੀ ਜਵਾਨੀ ਕਿਸਾਨੀ ਬਚ ਜੇਗੀ ਜੇ ਜਵਾਨੀ ਕਿਸਾਨੀ ਪੰਜਾਬ ਦੀ ਬਚਾਉਣੀ ਹੈ ਤਾਂ ਇਹ ਜ਼ਰੂਰ ਬੈਨ ਹਟਾਉਣਾ ਚਾਹੀਦਾ ਰਾਜਾ ਹੀ ਮੰਗ ਹੈ ਖਾ ਕੇ ਕਹਿੰਦਾ ਰਾਜਿਆਂ ਵਾਲੀ ਫੀਲਿੰਗ ਬਹੁਤ ਆਉਂਦੀ ਹੈ ਬਿਲਕੁਲ ਜੀ ਬਿਲਕੁਲ ਮੈਂ ਕਹਿੰਦਾ ਵੀ ਸੁਰਗਾਂ ਦੀ ਝੂਟੇ ਆਉਂਦੇ ਆ ਐ ਲੱਗਦਾ ਵੀ ਦਸ਼ਮਨ ਝੂਲੇ 'ਚ ਬੈਠੇ ਆ ਅੱਛਾ ਖੇਤੀ ਪ੍ਰਬੂਲਤ ਹੋ ਜੂਗੀ ਜੀ ਹੁਣ ਸਾਡੇ ਸਾਹਮਣੇ ਜਿਮੀਦਾਰਾਂ ਆਪਾਂ ਹੈ ਕਿ ਆ ਜੀ ਹੁਣ ਆਲੂਆਂ ਦੇ ਦੇਖ ਲਓ ਤੁਸੀਂ ਪਹਿਲਾਂ ਠੀਕ ਹੈ ਨਾ ਖਰਚਾ ਨਹੀਂ ਮੁੜਿਆ ਲੋਕਾਂ ਦਾ ਆਲੂ ਬਾਏ ਹੈ ਹੁਣ ਆਫੀਮ ਦੀ ਖੇਤੀ ਹੋ ਜਾਵੇ ਤਾਂ 20 ਲੱਖ ਰੁਪਏ ਕਿੱਲੇ ਮੈਂ ਤੇ ਹੁੰਦੀ ਅਸੀਂ ਤਾਂ ਇੰਨਾ ਕੁ ਥੋੜਾ 20 ਲੱਖ ਸ਼ਾਇਦ ਜ਼ਿਆਦਾ ਹੁੰਦੀ ਹੋਵੇ ਠੀਕ ਹੈ ਜੀ ਜੇ ਹੋ ਜਾਵੇ ਤਾਂ ਬਹੁਤ ਚੰਗੀ ਗੱਲ ਹੈ ਜੀ ਤੁਹਾਨੂੰ ਤਾਂ ਸਰਕਾਰਾਂ ਤੋਂ ਮੰਗਾ ਬਣਾਉਣ ਦੀ ਵੀ ਲੋੜ ਨਹੀਂ ਧਰਨੇ ਤੋਨੇ ਲਾਉਣ ਦੀ ਵੀ ਲੋੜ ਨਹੀਂ ਕੋਈ ਲੋੜ ਨਹੀਂ ਸਾਹਿਬ ਕਿਸਾਨ ਸਭ ਖੁਸ਼ਹਾਲ ਹੋ ਜੂਗੇ ਪੰਜਾਬ ਵਿੱਚ ਪਹਿਲਾ ਹੈ ਤਾਂ ਜੀ ਇਹ ਤਾਂ ਇੰਦਰਾ ਗਾਂਧੀ ਦੇ ਟਾਈਮ ਤੇ ਹੋ ਗਿਆ ਬਾਅਦ ਵਿੱਚ ਬੈਨ ਲੱਗਿਆ ਪਹਿਲਾਂ ਸਿੱਧਾ ਚੱਲਦਾ ਤਾਂ ਜੀ ਇਹ ਕੰਮ ਠੀਕ ਹੈ ਬਾਕੀ ਆ ਨਸ਼ਿਆਂ ਤੇ ਵੱਜ ਜੂਗੇ ਨਿਆਣੇ ਬੁਰਾ ਹਾਲ ਹੋਇਆ ਪਿਆ ਏ ਇੰਨਾ ਕੋਈ ਖਾਸ ਰਿਸਪੌਂਸ ਜਦਾ ਪਿੰਡਾਂ ਵਿੱਚ ਹੈ ਨਹੀਂ ਹਰੇਕ ਬੰਦਾ ਚਿੱਟੇ ਵਾਲਾ ਕੋਈ ਗੋਲੀਆਂ ਵਾਲਾ ਕੋਈ ਬੱਟੀਆਂ ਵਾਲੇ ਸਰੀੰਜਾਂ ਬੁਰੀ ਹਾਲਤ ਹੋਈ ਪਈ ਆ ਜੇ ਹਲੇ ਇੱਧਰ ਤੇ हट ਗਿਆ ਇੱਧਰ ਨੂੰ ਲੱਗ ਜੂਗਾ ਤਾਂ ਵੱਜ ਜੂਗਾ ਕੁਝ ਨਾ ਕੁਝ ਠੀਕ ਆ ਜੇ ਬੱਜੇਗਾ ਅਗਰ ਕੀ ਹੁੰਦੀ ਹੈ ਹਾਂ ਪੰਜਾਬ ਵੱਜੂਗਾ ਜੀ ਐਮਐਲਏ ਨੇ ਅੱਜ ਮੰਗ ਰੱਖੀ ਆ ਕਿ ਹਾਂ ਕਿਤਨੇ ਵਿਧਾਨ ਸਭਾ ਦੇ ਵਿੱਚ ਇਸ ਨੂੰ ਲੈ ਕੇ ਸੱਥਾਂ ਦੇ ਵਿੱਚ ਕਿਤਨੇ ਕਿਤੇ ਖੁਸ਼ੀ ਦੀ ਲਹਿਰ ਹੈ ਜਾਂ ਫਿਰ ਇਸ ਤਰ੍ਹਾਂ ਐਮਐਲਏ ਨੇ ਮੰਗ ਰੱਖੀ ਉਹਦਾ ਬਹੁਤ ਬਹੁਤ ਧੰਨਵਾਦ ਜੀ ਉਹ ਮੰਗ ਰੱਖਿਆ ਚੰਗੀ ਗੱ ਥੂਣਾ ਪਾਦਵਾਰਾ ਕਿਹਾ ਵੀ ਨਜ਼ਾਰਾ ਆ ਜੂਗਾ ਪੁਰਾਣੇ ਬਜ਼ੁਰਗ ਜਿਹੜੇ ਆਪਣੇ ਬੈਠੇ ਵਿਚਰੇ ਸਾਰੇ ਖਾਣੇ ਵਾਲਿਆਂ ਨੂੰ ਮਿਲਦਾ ਹੀ ਨਹੀਂ ਕਿਸੇ ਨੂੰ ਕੁਝ ਵੀ ਠੀਕ ਹੈ ਨਾ ਬੱਟੀਆਂ ਖਾਂਦੇ ਬੁਰਾ ਹਾਲ ਮੰਕ ਕੇ ਦਿਹਾੜੇ ਠੀਕ ਹੈ ਬਹੁਤ ਚੰਗੀ ਗੱਲ ਹੈ ਜੀ ਹੋ ਜਾ ਤਾ ਬਾਪੂ ਜੀ ਸਾਡੇ ਨਾਲ ਨੇ ਅਲੱਗ-ਅਲੱਗ ਵਿਚਾਰ ਲਵਾਂਗੇ ਦੱਸਿਆ ਜਾ ਰਿਹਾ ਹੈ ਕਹਿੰਦਾ ਫੀਮ ਦੀ ਮੰਗ ਉੱਠ ਗਈ ਅੱਜ ਕਿ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਐਮਐਲਏ ਹੁਣ ਹੀ ਚਾਹੀਦੀ ਹੈ ਜੀ ਫੀਮ ਵੀ ਭੁੱਕੀ ਵੀ ਜਾਂ दारू ਦੇ ਠੇਕੇ ਇਹ ਵੀ ਚਾਹੀਦੇ ਨੇ ਠੇਕੇ ਇਹਦਾ ਫਰਕ ਕੀ ਆਇਆ ਫੀਮ ਭੁੱਕੀ ਤੁਸੀਂ ਬਾਰ-ਬਾਰ ਕਹੀ ਜਾਂਦੇ ਫੀਮ ਭੁੱਕੀ ਹੋਣੀ ਚਾਹੀਦੀ ਫਰਕ ਤਾਂ ਜਾ ਕੇ ਸੀਨੂ ਬੁੱਲਾ ਪੈਂਦਾ ਫਿਰ ਆਮ ਲਿਆਵਨ ਨੂੰ ਭਰਦੇ ਹੂੰ ਸਰਕਾਰ ਫਟਦੀ ਏ ਡਾਕਟਰ ਵੀ ਦੱਸਦੇ ਵੀ ਫੀਮ ਖਾਓ ਇਹਨੂੰ ਫੀਮ ਦੋ ਜਿਹੜੇ ਨੂੰ ਬੁੱਲਾ ਪਾਇਆ ਜਾਂਦਾ ਹੈਂ ਧਾਰੂ ਆਮ ਜਿਹੜੀ ਪੀ ਕੇ ਲੜਾਈ ਕਰਦੇ ਇਹਨੂੰ ਪੀ ਕੇ ਅਗਲਾ ਕੰਮ ਤਾਂ ਕਰਦਾ ਖਾ ਕੇ ਫਰਕ ਕੀ ਹੁੰਦਾ ਇਹ ਖਾਣ ਤੋਂ ਤੁਸੀਂ ਕਹੀਏ ਨੇ ਕਿ ਹਾਂ ਬਹੁਤ ਫਰਕ ਹੈ ਹੋਰ ਨਸ਼ਿਆਂ ਨਾਲ ਕੀ ਫਰਕ ਮੇਰੀ ਤਾਂ 30 ਸਾਲ ਦੀ ਉਮਰ ਹੋ ਗਈ ਜੀ ਅੱਛਾ ਮੈਂ ਚੰਗਾ ਭਲਾ ਤੁਰਦਾ ਫਿਰਦਾ ਅੱਛਾ ਦਾਰੂ ਪੀਣੇ ਵਾਲਾ ਛੇਤੀ ਉਹ ਫੁੜਕ ਲੈਂਦਾ ਉਹਦੇ ਨਾਲ ਦਾਰੂ ਵਾਲ ਚਲੇ ਗਏ ਪਰ ਹਾਂ ਚਲੇ ਗਏ ਬਹੁਤ ਇਹਨੂੰ ਪੁੱਛ ਲੈ ਜਾਂਦਾ ਆ ਬੈਠਿਆ ਹਾਂ ਜੀ ਮਰ ਕੇ ਖਾ ਕੇ ਮਹਿਸੂਸ ਕਿਆ ਹੁੰਦਾ ਹੈ ਮਹਿਸੂਸ ਤਾਂ ਹੈ ਫਿਰ ਤਾਂ ਸਾਰਾ ਪਿੰਡ ਲੱਗਦਾ ਵੀ ਆਪਣਾ ਹੀ ਹੈ ਜੇ ਨਾ ਖਾਈ ਵੀ ਹੁੰਦੀ ਸਾਰਾ ਹੀ ਪਿੰਡ ਮਰ ਗਿਆ ਸਮਝ ਦੁਸ਼ਮਣ ਲੱਗਦਾ ਹਾਂ अच्छा रिश्ते अंदर कितना फर्क ਪੈਂਦਾ ਕਹਿੰਦਾ ਕਿ ਰਿਸ਼ਤੇ ਵੀ ਚੰਗੀ ਤਰ੍ਹਾਂ ਸਮਝਦਾ ਬੰਦਾ ਨਹੀਂ ਜਿਹੜਾ ਸ਼ਰਾਬ ਪੀਣ ਵਾਲਾ ਕਹਿੰਦਾ ਰਿਸ਼ਤਿਆਂ ਦੇ ਵੀ ਉਲਟ ਚੱਲਦਾ ਫਿਰ ਖਰਾਬ ਕਹਦਾ ਜੀ दारू ਪੀਦਾ ਲੜਦਾ ਇਹ ਤੇ ਲੜਦਾ ਦਾ ਨਹੀਂ ਆਪਣਾ ਕੰਮ ਕਰਦਾ ਘਰ ਦਾ ਉਹ ਕਰਦੇ ਜਿਹੜੇ ਅਮਲੀ ਉਹਨਾਂ ਕਿ ਕਹਿ ਬਿਆ ਨਹੀਂ ਹੁੰਦੇ ਆਦਾ ਗਵਰਨਮੈਂਟ ਨੇ ਬਣਾਇਆ ਵਾ ਵੀ ਹਮੇ ਪੈਸੇ ਜਿਆਦਾ ਲੈ ਮੈਂ ਤਾਂ ਬੰਦ ਕਰੀ ਵੀ ਆਮ ਬੰਦੇ ਨਾਲੋਂ ਜਿਹੜਾ ਤੁਸੀਂ ਕਹਿ ਰਹੇ ਹੋ ਫੀਮ ਖਾਣੇ ਵਾਲੇ ਭੁੱਖੀ ਖਾਣੇ ਵਾਲਾ ਜਿਆਦਾ ਕੰਮ ਕਰਦਾ ਉਦਾ ਕੀ ਫਰਕ ਹੁੰਦਾ ਫਿਰ ਹੋਊਗਾ ਜੀ ਸਕੀਮਾ ਨਹੀਂ ਹੁੰਦਾ ਇਹਦੇ ਅੱਛਾ ਧਾਰੂ ਪੀਗਾ ਆਦਮੀ ਮੰਜੇ ਪਰ ਪਊ ਹੂੰ ਇਸੇ ਦੇ ਪੀ ਕੇ ਕੰਮ ਕਰੂਗਾ ਜੀ ਖਾ ਗਏ ਆ ਫਰ ਗਏ ਵੱਡੇ ਮਤਲਬ ਕਿਤੇ ਕਰਾਂ ਜੀ ਹਰੇਕ ਦੇ ਕਰਾ ਥੋੜੀ ਬਹੁਤੀ ਹਰੇਕ ਬੰਦੇ ਨਾਲ ਰੱਖੀ ਹੋਈ ਹੈ ਕਿਸੇ ਨੂੰ ਬੀਪੀ ਹੈ ਕਿਸੇ ਨੂੰ ਸ਼ੂਗਰ ਹੈ ਕਿਸੇ ਨੂੰ ਕੁਛ ਹੈ ਉਹ ਚੋਰੀ ਚ ਬਾਰੇ ਸਾਰੇ ਹੀ ਖਾਂਦੇ ਆ ਠੀਕ ਹੈ ਮਿਲਦੀ ਮਹਗੀ ਅਗਲਾ ਕੋਈ ਨਹੀਂ ਵੀ ਲੈ ਸਕਦਾ 35 3600 ਰੁਪਏ ਦਾ ਤੋਲਾ ਕੌਣ ਲੈ ਲੂਗਾ ਕੀ ਕਰ ਬਲੇ ਜੇ ਖੁੱਲ ਜਵੇ ਕੀ ਪੀਮ ਤਾਂ ਬਲੈਕ ਨਾ ਹੋਵੇ ਆ ਬਲੈਕ ਰਹੋ ਹੋਵੇ ਫਿਰ ਬਜ਼ੁਰਗ ਬਚਾਰੇ ਸਾਰੇ ਬਾਜੂਗੇ ਮੈਂ ਕਹਿੰਦਾ 100 100 300 ਸਾਲ ਦੀ ਉਮਰ ਹੋ ਜਾਣੀ ਇਹਨਾਂ ਦੀ ਬਜ਼ੁਰਗ ਤਾਂ ਹੀ ਲੰਬੀ ਉਮਰ ਹੁੰਦੀ ਲੰਬੀ ਉਮਰ ਹੁੰਦੇ ਤਾਂ ਹੁਣ ਅੱਛਾ ਉਰਾ ਮੁੱਲਾਂ ਪਰ ਵੀ ਬੀਜ ਦੇ ਦੇ ਉਰਾ ਤੋਗਾਂ ਬੀਜ ਦੇ ਦੇ ਅੱਛਾ ਜਿਹੜਾ ਛੋਟਾ ਜ਼ਿੰਮੇਦਾਰ ਦਾ ਤਾਂ ਕੈਰੋ ਨਾ ਬੰਦ ਕਰੀਏ ਹਮ ਆਪਣੇ ਜੋਗਰਾਂ ਨੂੰ ਕਹੇ ਬਲੈਕ ਉਹ ਇੱਧਰ ਬੰਦ ਕਰਦੀ ਪੰਜਾਬ ਮਾਰੀ ਨਾਲ ਹਰਿਆਣਾ ਵੀ ਮਰ ਲਿਆ ਹਿਮਾਚਲ ਵੀ ਮਰ ਗਈ ਪਹਿਲਾਂ ਇੱਕੇ ਦਾ ਨਾ ਪੰਜਾਬੀ ਸੀ ਹੁਣ ਇਹਨਾਂ ਨੇ ਤਿੰਨ ਜ਼ਿਲ੍ਹੇ ਘੱਟ ਤੇ ਬਣਾਤੇ ਅਮੀਰ ਜੱਗੀ ਕੋਈ ਕਿਤਨੇ ਵਿਧਾਨ ਸਭਾ ਦਾ ਮੁੱਦਾ ਉੱਠਿਆ ਹੁਣ ਕਿਦਾਂ ਹੋ ਸਕਦੀ ਹੈ ਜਾਂ ਪੰਜਾਬ ਸਰਕਾਰ ਸੋਚ ਸਕਦੀ ਇਸ ਵਾਰ ਹੈ ਸੋਚਣਾ ਗਿਆ ਜੀ ਆਪਣੀਆਂ ਝੋਲੀਆਂ ਭਰ ਕੇ ਪਰਾਂ ਹੁੰਦੇ ਸੋਚਣਾ ਗਿਆ ਇਹਨਾਂ ਨੇ ਕੁਛ ਹਾਲ ਹੋ ਜਾ ਕਿਸਾਨ ਕਿਸਾਨ ਦਾ ਮੈਂ ਇਹਦੀ ਪੈਦਾ ਵੀ ਜਿਆਦਾ ਫਿਰ ਮਿੰਟ ਵੀ ਆਦਮੀ ਕਰਦਾ ਜੇ ਨਹੀਂ ਠੇਕੇ ਖੁੱਲਣੇ ਥੋੜਾ ਥੋੜਾ ਪਰਮਟ ਦੇ ਦੇ ਮੈਂ ਕਨਾਲ ਕਨਾਲ ਦਾ ਕਿ ਆਪਣੇ ਬੀਜ ਲੂ ਹੋਰ ਖਣਜੋਗੀ ਹਾਂ ਜੀ ਬਿਲਕੁਲ ਸਭ ਤੇ ਇਹਦਾ ਰੰਗ ਦੀ ਬਿਮਾਰੀ ਹੈ ਜੀ ਹਰੇਕ ਬੰਦੇ ਨੂੰ ਉਧਰ ਰੰਗ ਬੁੱਲਾ ਪਿਆ ਵਾ ਠੀਕ ਹੈ ਨਾ ਫਿਰ ਉਹ ਜਿਹੜੇ ਟੀਕਾ ਲਾਉਣ ਜਾਂਦੇ ਉਹ ਵੀ ਤਾਂ ਫੀਮ ਦੇ ਟੀਕਾ ਹੈ ਜੋ ਤੇ ਪਹਿਲੀ ਉਹਦੇ ਕੋਲ ਪਈ ਹੋਆ ਬੰਦਾ ਖਾਲਾ ਉਹਨੂੰ ਬੁੱਲਾ ਹੀ ਨਹੀਂ ਪੈਣਾ ਆ ਚੀਜ਼ ਐਵੇਂ ਦੱਸਿਆ ਜਾਂਦਾ ਕਿ ਉਮਰਾਂ ਵੱਧ ਜਾਂਦੀਆਂ ਕਿਉਂਕਿ ਜਿਸ ਤਰੀਕੇ ਤੁਸੀਂ ਦੱਸਿਆ 70 ਸਾਲ ਦੀ 68 ਸਾਲ ਦੀ ਉਮਰ ਹੋ ਗਈ ਕਿ ਅੱਜ ਕੱਲ ਤਾਂ ਨੌਜਵਾਨ ਨਹੀਂ 25 ਸਾਲ 50 ਸਾਲ ਦੀ ਉਮਰ ਦੇ ਵਿੱਚ ਹੀ ਕਈ ਰੱਬ ਨੂੰ ਪਿਆਰੇ ਹੋ ਗਏ ਉਮਰਾਂ ਵੀ ਘਟਦੀਆਂ ਨੇ ਹੋਰ ਨਸ਼ਿਆਂ ਨਾਲ ਯੂ ਇਸ ਦੇ ਨਾਲ ਨਸ਼ੇ ਨਾਲ ਕੀ ਫਰਕ ਪੈਂਦਾ ਐ ਨਸ਼ਿਆਂ ਨਾਲ ਮਰੀਦ ਬੱਦਦੀ ਹੈ ਬਾਕੀ ਬੰਦਾ ਕੈਮੀਕਲ ਨਸ਼ੇ ਕਰਦਾ ਜਿਹੜਾ ਉਹ ਨਮਰਦ ਹੋ ਜਾਂਦਾ ਜਿਨ੍ਹਾਂ ਦੀਆਂ ਭੱਜਦੀਆਂ ਆ ਇਹ ਨਸ਼ਾ ਕਰਕੇ ਬੰਦਾ ਨਮਰਦ ਨਹੀਂ ਹੁੰਦਾ ਉਹ ਕੀ ਨਾਲ ਬਿਲਕੁਲ ਨਹੀਂ ਹੁੰਦਾ ਫੇਮ ਭੁੱਕੀ ਨਾਲ ਫੇਮ ਭੁੱਕੀ ਨਾਲ ਨਮਰਦ ਨਹੀਂ ਹੁੰਦਾ ਸਾਰੀ ਉਮਰ ਨਹੀਂ ਹੁੰਦਾ ਮੇਰਾ ਬਾਪੂ ਫੇਮ ਖਾਂਦਾ ਦਾ 89 ਪੰਜ ਭਾਈਆਂ ਸੀ ਤਿੰਨ ਭੈਣਾਂ ਬੜਕਾ ਮਾਰਦੇ ਫਿਰਦੇ ਆ ਅੱਛਾ ਹਾਂ ਬਾਪੂ ਹੀ ਖਾਂਦਾ ਦਾ ਫਿਰ ਹਾਂ ਜੀ ਬਾਪੂ ਫੁੱਲ ਫੇਮ ਖਾਂਦਾ ਦਾ ਬਾਬਾ ਵੀ ਖਾਂਦਾ ਦਾ ਅੱਛਾ ਵੀਡੀਰ ਪੀੜੀ ਚੱਲਦਾ ਆ ਰਿਹਾ ਹਾਂ ਜੀ ਹਾਂ ਸਾਡੀ ਤਾਂ ਪੀੜੀ ਜਾਂਦੀ ਆ ਰਹੀ ਉਹਨਾਂ ਦੀ ਕਿੰਨੀ ਕਿੰਨੀ ਉਮਰ ਹੋਈ ਸੀ ਮੇਰੇ ਬਾਪੂ ਦੀ 102 ਸਾਲ ਹੋਈ ਆ ਅੱਛਾ ਬਾਬਾ ਸਾਡਾ ਪਾਕਿਸਤਾਨ ਤੇ ਆਏ ਆ ਸੀ ਹੂੰ ਉਹ ਥੋੜਾ ਜਿਹਾ ਕੋਈ ਕਮਲਾ ਦਾ ਉਹ ਤੇ ਉਹਦੇ ਪੈਣੀ ਗੋਲੀ ਮਾਰਤੀ ਦੀ ਕੋਈ 50 ਸਾਲ ਦੇ ਦੀ ਅੱਛਾ ਹਾਂ ਜੀ ਹਾਂ ਹੁਣ ਵੀ ਤਾਂ ਤੁਸੀਂ ਤੰਦਰੁਸਤ ਹੈ ਹਾਂ ਤੰਦਰੁਸਤ ਹੈ ਜੀ ਇਹ ਮਲਕੀ ਥੋੜੀ ਮੰਗਿਆ ਹੁਣ ਕਿਹਦੇ ਹੁਣ ਜੀ ਪੂਰੀ ਗਾਹਾਂ ਦੀ ਜਵਾਨੀ ਕਿਸਾਨੀ ਵੱਜੂਗੀ ਜੇ ਹੁਣ ਵੀ ਸਾਡੀ ਗੌਰਮੈਂਟ ਐ ਮੁੱਦੇ ਤੇ ਸਾਰੇ ਮੰਤਰੀਆਂ ਨੂੰ ਇਹਦੀ ਸਪੋਰਟ ਕਰਨੀ ਚਾਹੀਦੀ ਪਰ ਕਈ ਲੋਕ ਤਾਂ ਕਹਿੰਦੇ ਕਿ ਤੁਸੀਂ ਨਸ਼ਾ ਨੂੰ ਪ੍ਰਮੋਟ ਕਰ ਰਹੇ ਹੋ ਕਿ ਇਹਦਾ ਨਸ਼ਾ ਨਸ਼ਾ ਹੋਣਾ ਹੀ ਚਾਹੀਦਾ ਪੰਜਾਬ 'ਚ ਕੋਈ ਵੀ ਇਹ ਕੋਈ ਨਸ਼ਾ ਨਹੀਂ ਹੈਗਾ ਇਹ ਬਿਲਕੁਲ ਕੁਦਰਤੀ ਖੇਤੀ ਹੈ ਇਹ ਸਾਡੀ ਖੇਤੀ ਦਾ ਅੰਗ ਹੈ ਸਾਨੂੰ ਇਹ ਵੇਚਣਾ ਚਾਹੀਦਾ ਹੈ ਇਹ ਸਾਡੀ ਖੇਤੀ ਦਾ ਇੱਕ ਪਾਰਟ ਹੈ ਜਿਹੜਾ ਕਿ ਸਾਡੀ ਕਿੰਗਾਲੀ ਚੱਕੂਗਾ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਸੱਥਾਂ ਦੇ ਵਿੱਚ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਕਿ ਕਿਤੇ ਨਾ ਕਿਤੇ ਅਗਰ ਅਫੀਮ ਦੀ ਖੇਤੀ ਖਸ ਖਸ ਦੀ ਖੇਤੀ ਪੰਜਾਬ ਦੇ ਵਿੱਚ ਹੁੰਦੀ ਹੈ ਤਾ ਪੰਜਾਬ ਦਾ ਕਿਸਾਨ ਵੀ ਖੁਸ਼ਹਾਲ ਹੋਵੇਗਾ ਤਰੱਕੀ ਵੀ ਕਰੇਗਾ ਪੰਜਾਬ ਦੂਜੇ ਪਾਸੇ ਜਿਹੜੇ ਹੋਰ ਨਸ਼ੇ ਨੇ ਨੌਜਵਾਨੀ ਪੀੜੀ ਨੂੰ ਖਤਮ ਕਰ ਰਹੇ ਨੇ ਉਹਨਾਂ ਤੋਂ ਵੀ ਬਚਾਅ ਹੋ ਜਾਏਗਾ ਕਿ ਕਿਹਨਾਂ ਨੂੰ ਦੱਸਿਆ ਗਿਆ ਕਿ ਜਿਹੜੇ ਲੋਕ ਪਹਿਲਾਂ ਬਜ਼ੁਰਗ ਅਫੀਮ ਦੀ ਜਾਂ ਫਿਰ ਖਸਖਸ ਖੇਤੀ ਦਾ ਸੇਵਨ ਕਰਦੇ ਸੀ ਉਹਨਾਂ ਦੀ ਉਮਰਾਂ ਵੀ ਲੰਬੀਆਂ ਹੋਈਆਂ ਨੇ ਤੇ ਨਾਲ ਦੀ ਨਾਲ ਉਹਨਾਂ ਨੂੰ ਅੱਜ ਤੱਕ ਕੋਈ ਬਿਮਾਰੀ ਵੀ ਨਹੀਂ ਲੱਗੀ ਤਾਂ ਇਹ ਹੀ ਸਬੂਤ ਇਹਨਾਂ ਦੱਸੀਆ ਕਿ ਮੇਰੀ ਵੀ ਉਮਰ 68 ਤੋਂ 70 ਸਾਲ ਦੀ ਉਮਰ ਕਰੀਬ ਹੋਗੀ ਪਰੇ ਤੱਕ ਕੋਈ ਬਿਮਾਰੀ ਨਹੀਂ ਕੋਈ ਸ਼ੂਗਰ ਨਹੀਂ ਕੁਝ ਵੀਕ ਪ੍ਰੋਬਲਮ ਨਹੀਂ ਹੈ ਸਰੀਰ ਚ ਚੰਗੇ ਭਲੇ ਜਿਹੜੇ ਬਜ਼ੁਰਗ ਕਿੰਨਾ ਬੋਲ ਦੱਸਿਆ ਖਾਂਦੇ ਸੀ ਜਾਂ ਖਾਂਦੇ ਨੇ ਤਾਂ ਉਹ ਕੰਮ ਕਰ ਰਹੇ ਨੇ ਖੇਤਾਂ ਦੇ ਵਿੱਚ ਤਾਂ ਦੇਖਦੇ ਕਦੋਂ ਹੁਣ ਪੰਜਾਬ ਸਰਕਾਰ ਦੇ ਅੱਗੇ ਮੁੱਦਾ ਤਾਂ ਰੱਖਿਆ ਹੈ ਪੰਜਾਬ ਦੇ ਹੀ ਐਮ ਐਲ ਏ ਨੇ ਤਾਂ ਹੁਣ ਉਸ ਦੇ ਵਿੱਚ ਕਦੋਂ ਮੰਗ ਪੂਰੀ ਹੁੰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਤੁਸੀਂ ਵੀ ਆਪਣੇ ਆਪਣੇ ਵਿਚਾਰ ਜਰੂਰ ਦਿਓ ਆਪਣੇ ਕਮੈਂਟ ਜਰੂਰ ਦਿਓ ਕੀ ਖੇਤੀ ਹੋਣੀ ਚਾਹੀਦੀ ਹੈ ਜਾਂ ਨਹੀਂ ਜਾਂ ਫਿਰ ਇਹ ਇੱਕ ਨਸ਼ੇ ਤੌਰ ਤੇ ਜਿਹੜਾ ਸਰਕਾਰਾਂ ਮੰਨ ਰਹੀਆਂ ਨੇ ਜਾਪੇ ਕਿਸ ਤਰੀਕੇ ਨਾਲ ਪੰਜਾਬ ਦੇ ਕਿਸਾਨ ਨੂੰ ਖੁਸ਼ਹਾਲ ਕਰਨ ਵਾਸਤੇ ਸਰਕਾਰਾਂ ਸੋਚ ਸਕਦੀਆਂ ਨੇ ਤੁਹਾਡਾ ਕਹਿਣ ਮੈਂ ਜਐਸਪੀ ਦੇ ਨਾਲ ਹਰਤੇਜ ਸਿੰਘ